ਸਾਰਿਆਂ ਦਾ ਫਿਰ ਸਵਾਗਤ ਹੈ। ਕਿਸ ਤਰ੍ਹਾਂ ਕੌਣ ਐਕਟ ਕਰਦਾ ਹੈ, ਰਿਐਕਟ ਕਰਦਾ ਆਪਣੀ ਸਿਚੁਏਸ਼ਨ 'ਚ ਬੜਾ ਡਿਫਰੈਂਟ ਹੈ, ਬਟ ਇਨ ਜਨਰਲ ਸਾਡੀ ਸਾਰੀ ਹਿਊਮਨ ਇੰਸਟਿੰਕਟ ਹੈਗੀ ਹੈ, ਸਭ ਤੋਂ ਪਹਿਲੇ ਅਸੀਂ ਆਪਣਾ ਸੈਲਫ ਪ੍ਰਿਜ਼ਰਵੇਸ਼ਨ, ਕਿ ਤੁਸੀਂ ਗੋਲ ਕੀ ਹੈ ਉਹਨੂੰ ਥੋੜ੍ਹਾ ਆਪਣਾ ਸਾਹਮਣੇ ਰੱਖੋ ਕਿ ਤੁਹਾਡਾ ਫਾਇਦਾ ਕਿਹਦੇ 'ਚ ਹੈ। ਪਹਿਲੇ ਜ਼ਰੂਰ ਹੈ, ਕਿਉਂਕਿ ਅਸੀਂ ਬਾਅਦ ਵਿੱਚ ਪਹਿਲੇ ਇਮੋਸ਼ਨਲ ਹੋ ਕੇ ਕੁਛ ਹੋਰ ਐਕਟ ਵੀ ਕਰ ਜਾਂਦੇ, ਪਰ ਕਹਿੰਦੇ ਉਹ ਮੈਂ ਇਹ ਨਹੀਂ ਸੋਚਿਆ। ਸੋ ਸਭ ਤੋਂ ਪਹਿਲੇ ਪ੍ਰਾਇਰਟੀ ਉੱਪਰ ਰੱਖੋ ਕਿ ਤੁਹਾਡਾ, ਤੁਹਾਡੇ ਬੱਚਿਆਂ ਦਾ ਕੀ ਹੋਣਾ, ਤੁਸੀਂ ਕਿਸ ਚੀਜ਼ ਵਾਸਤੇ ਰੈਡੀ ਹੋ, ਬਿਕੋਜ਼ ਤੁਸੀਂ ਹੀ ਜਾਣਦੇ ਹੋ ਕਿ ਤੁਸੀਂ ਕੀ ਅੰਦਰੋਂ, ਯੂ ਨੋ, ਕੋਈ ਹੋ ਸਕਦਾ ਕਿ ਫਗਿਵ ਕਰ ਸਕਦੇ, ਕੋਈ ਹੋ ਸਕਦਾ ਕਿ ਮੈਂ ਫਗਿਵ ਨਹੀਂ ਕਰ ਸਕਦੀ, ਮੈਂ ਸਾਰੀ ਉਮਰ ਇਹੀ ਮੇਰੇ ਦਿਮਾਗ 'ਚ ਚੱਲਦਾ ਰਹੇਗਾ। ਸੋ ਇਟ ਡਿਪੈਂਡਸ ਔਨ ਯੂ ਕਿ ਤੁਸੀਂ ਕਿਸ ਚੀਜ਼ ਨੂੰ, ਯੂ ਨੋ, ਕਰ ਸਕਦੇ ਹੋ। ਇਨ ਜਨਰਲ, ਕਿਉਂਕਿ ਤੁਸੀਂ ਪੁੱਛਿਆ ਸਾਨੂੰ, ਪਹਿਲੀ ਵਾਰੀ ਇਸ ਤਰ੍ਹਾਂ ਦੀ ਗਲਤੀ ਹੋ ਰਹੀ ਹੈ, ਡੈਫੀਨੇਟਲੀ ਗੱਲ ਬਣਦੀ ਹੈ ਕਿ ਐਕਸਟ੍ਰੀਮ ਜਾਣ ਤੋਂ ਪਹਿਲੇ, ਸਭ ਤੋਂ ਪਹਿਲੇ, ਯੂ ਨੋ, ਸੈਲਫ ਪ੍ਰਿਜ਼ਰਵੇਸ਼ਨ, ਆਪਣਾ ਫਾਇਦਾ ਦੇਖੋ, ਆਪਣਾ ਹੋਮਵਰਕ ਜ਼ਰੂਰ ਕਰ ਲਓ। ਆਈ ਐਗਰੀ ਵਿਦ ਬਰਿੰਦਰ ਜੀ ਕਿ ਤੁਹਾਡੇ ਰਾਈਟਸ ਕੀ ਹੈ, ਐਂਡ ਫਿਰ ਸਟਰੋਂਗ ਹੋ ਕੇ ਤੁਸੀਂ ਹਸਬੈਂਡ ਨਾਲ ਸ਼ੇਅਰ ਕਰੋ, ਮੈਨੂੰ ਇਹ ਲੱਗਦਾ। ਕਿਉਂਕਿ ਜੇ 10 ਸਾਲ 'ਚ ਤੁਸੀਂ ਕਹਿੰਦੇ ਹੋ ਕਿ ਬੜਾ ਵਧੀਆ ਸੀ ਰਿਸ਼ਤਾ, ਠੀਕ ਹੈ, ਕੁਆਇਟ ਸੀ, ਇਨਡਿਫਰੈਂਟ ਹੈ, ਇਨਵੋਲਵ ਘੱਟ ਹੁੰਦਾ ਹੈ, ਬਟ ਯੂ ਨੋ, ਇੱਕ ਆਰਡਨਰੀ ਹਸਬੈਂਡ ਫਾਦਰ ਵਾਕਣ, ਸਭ ਕੁਛ ਠੀਕ ਹੈ, ਕੋਈ ਇੰਨੇ ਗਿਲੇ ਸ਼ਿਕਵੇ ਨਹੀਂ ਹੈਗੇ, ਅਤੇ ਫਿਰ ਰਿਸ਼ਤਾ ਅਗਰ ਇੰਨਾ ਕੁ ਹੈਗਾ ਤਾਂ ਸਭ ਤੋਂ ਪਹਿਲੇ ਹਸਬੈਂਡ ਨਾਲ ਹੀ ਸ਼ੇਅਰ ਕਰਨੀ ਚਾਹੀਦੀ। ਔਰ ਸ਼ੇਅਰ ਕਿਸ ਤਰ੍ਹਾਂ, ਮੈਨੂੰ ਲੱਗਦਾ ਕਿ ਜ਼ਰੂਰ ਇਹ ਚੀਜ਼ ਕਿ ਤੁਸੀਂ, ਮੈਨੂੰ ਪਤਾ ਹੈ, ਮੈਂ ਰੈਡੀ ਹਾਂ ਕਿ ਮੈਂ ਕੁਛ ਵੀ ਕਰਾਂਗੀ ਟੂ ਸਟੋਪ ਦਿਸ, ਯੂ ਨੋ, ਐਂਡ ਆਈ ਐਮ ਨੋਟ ਗੋਇੰਗ ਟੂ ਟੇਕ ਇਟ। ਉਹ ਜ਼ਰੂਰ ਕਨਵੇ ਹੋਣਾ ਚਾਹੀਦਾ। ਲੈਟ ਮੀ ਟੇਕ ਕਪਲ ਆਫ ਕੁਇਕ ਕਾਲਸ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਸਮਾਂ ਜ਼ਿਆਦਾ ਨਹੀਂ ਹੈ, ਸੋ ਪਲੀਜ਼ ਫੋਨ ਮਿਲਾ ਕੇ ਧਿਆਨ ਦਿਓ ਫੋਨ ਵੱਲ। ਹੈਲੋ ਹੈਲੋ, ਹਾਂਜੀ, ਕੌਣ ਬੋਲ ਰਹੇ ਹੋ? ਹੈਲੋ ਰਵਿੰਦਰ ਜੀ, ਮੈਂ ਅੰਮ੍ਰਿਤ ਬੋਲਦੀ ਹਾਂ। ਅੰਮ੍ਰਿਤ ਜੀ, ਦੱਸੋ ਕੀ ਕਹਿੰਦੇ ਹੋ? ਹਾਂ, ਮੈਂ ਆਪਦਾ ਸ਼ੋਕ ਨਾ ਦੇਖ ਰਹੀ ਹਾਂ, ਤੇ ਸਾਰਿਆਂ ਨੇ ਬਹੁਤ ਠੀਕ ਸੁਝਾਅ ਦਿੱਤੇ ਨੇ। ਹਾਂਜੀ, ਤੇ ਪਰ ਮੈਨੂੰ ਵੀ ਐਸਾ ਇਸ ਤਰ੍ਹਾਂ ਹੀ ਲੱਗਦਾ ਵੀ ਪਹਿਲਾਂ ਉਹਨੂੰ ਆਪਣੇ ਭਾਬੀ ਨਾਲ ਗੱਲ ਕਰਨੀ ਚਾਹੀਦੀ ਆ ਵੀ ਦੇਖ, ਤੇਰਾ ਵੀ ਘਰ ਖਰਾਬ ਹੁੰਦਾ, ਮੇਰਾ ਵੀ ਬੱਚੇ ਆ, ਤੇਰੇ ਵੀ ਬੱਚੇ ਆ, ਹਨਾ? ਓਕੇ, ਤੇ ਜੇ ਉਹਦੀ ਭਾਬੀ ਨਾਲ ਸਹੀ ਤਰੀਕੇ ਨਾਲ ਗੱਲ ਕਰੇ ਤਾਂ ਸ਼ਾਇਦ ਗੱਲ ਠੀਕ ਹੋ ਜਾਵੇ। ਠੀਕ ਹੈ, ਠੀਕ ਹੈ। ਸੁਣ ਕੇ ਬਹੁਤ ਦੁੱਖ ਲੱਗਿਆ, ਤੇ ਪਰ ਉਹਦਾ ਸਾਰਿਆਂ ਨੇ ਬਹੁਤ ਸੁਝਾਅ ਦਿੱਤੇ। ਭਾਬੀ ਨਾਲ ਗੱਲ ਕਰਨੀ ਚਾਹੀਦੀ ਹੈ, ਤੁਹਾਡਾ ਖਿਆਲ ਹੈ, ਮੈਂ ਹੋਰ ਕੁਇਕਲੀ ਕਾਲ ਲੈ ਲੈਣੀ ਹੈ। ਹੈਲੋ, ਹਾਂਜੀ ਅਰਵਿੰਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਥੈਂਕ ਯੂ ਫੋਰ ਕਾਲਿੰਗ, ਦੱਸੋ ਕੀ ਕਹਿੰਦੇ ਹੋ? ਹਾਂਜੀ ਅਰਵਿੰਦ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹਨੂੰ ਬੇਟੀ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਗੁਰਬਾਣੀ ਦਾ ਆਧਾਰ ਬਣਾ ਕੇ ਆਪਣੀ ਮੈਂਟਲ ਤੇ ਇਮੋਸ਼ਨਲ ਸਟੇਟ ਨੂੰ ਥੋੜ੍ਹਾ ਜਿਹਾ ਸਟੇਬਲਾਈਜ਼ ਕਰੇ। ਜੀ ਜੀ, ਇਹ ਬਹੁਤ ਜ਼ਰੂਰੀ ਹੈਗਾ। ਤੇ ਉਸ ਤੋਂ ਬਾਅਦ ਜਿੱਦਾਂ ਇਹ ਜ਼ਰੂਰ ਆਪਣੇ ਰਿਲੇਸ਼ਨਸ਼ਿਪ ਨੂੰ ਵੀ ਥੋੜ੍ਹਾ ਜਿਹਾ ਧਿਆਨ ਗੋਚਰੇ ਕਰੇ ਔਰ ਦੇਖੇ ਕਿ ਇਹਦੇ ਵੱਲੋਂ ਕਿਸੇ ਤਰ੍ਹਾਂ ਕੋਈ ਅਣਗਹਿਲੀ ਤਾਂ ਨਹੀਂ ਹੈ। ਉਹਨੂੰ ਨਾਲ ਨਾਲ ਰੱਖਣਾ, ਜਿੱਦਾਂ ਇਹ ਨਹੀਂ ਕਿ ਇਹਦੇ ਨਾਲ ਹੈ, ਸ਼ੀ ਹੈਵ ਟੂ ਡੂ ਆਲ ਦੀ ਸਟੈਪਸ ਆਈ ਥਿੰਕ। ਤੇ ਦੂਸਰਾ ਜਿਵੇਂ ਤੁਸੀਂ ਕਿਹਾ ਸ਼ੋਰ ਆਪਣੇ ਰਾਈਟਸ ਦਾ ਜਾਣ ਲਵੇ, ਪਰ ਮੈਂ ਵੀ ਇਸ ਚੀਜ਼ ਦੇ ਹੱਕ ਵਿੱਚ ਹੈਗੀ ਆ, ਅਗਰ ਇਹ ਕੋਈ ਪ੍ਰੂਫ ਹੈਗਾ ਖਾਸ ਕਰਕੇ ਤੇ ਆਪਣੀ ਭਰਜਾਈ ਦੇ ਨਾਲ ਜਾ ਕੇ ਗੱਲ ਕਰੇ, ਜਿਵੇਂ ਸਭ ਨੇ ਕਿਹਾ ਕਿ ਦੇਖ ਤੂੰ ਦੋ ਪਰਿਵਾਰ ਜਿਹੜੇ ਆ ਉਹ ਖਰਾਬ ਹੋ ਜਾਣੇ ਆ, ਤੇ ਉਹਦੇ ਨਾਲ ਗੱਲ ਕਰਨ ਔਰ ਕਰੇ, ਪਰ ਇਹਨੂੰ ਪਹਿਲਾਂ ਪੂਰਾ ਆਪਣੇ ਅੰਦਰ ਕੌਨਫੀਡੈਂਸ ਪੈਦਾ ਕਰਕੇ ਜਿਹੜਾ ਜਾਵੇ, ਇਹ ਨਹੀਂ ਕਿ ਯੂ ਨੋ ਐਵੇਂ ਕਰਨਾ, ਉਹਨੂੰ ਕਲੀਅਰਲੀ ਉਹਨੂੰ ਕਲੀਅਰ ਕਰੇ ਕਿ ਤੂੰ ਆਪਣੇ ਪੈਰਾਂ ਤੇ ਵੀ ਕੁਹਾੜਾ ਮਾਰ ਰਹੀ ਔਰ ਸਾਡੀ ਪਰਿਵਾਰ ਨੂੰ ਵੀ ਤੂੰ ਖਰਾਬ ਕਰ ਰਹੀ। ਸੋ ਸਤਵੰਜੀ, ਤੁਹਾਨੂੰ ਲੱਗਦਾ ਹੈ ਕਿ ਹਸਬੈਂਡ ਤੋਂ ਪਹਿਲੇ ਉਹਨੂੰ ਗੱਲ ਕਰੇ? ਹਸਬੈਂਡ ਤੋਂ ਪਹਿਲਾਂ ਉਹ ਨਾ ਗੱਲ ਕਰ ਲਵੇ, ਬਿਕੋਜ਼ ਐਟਲੀਸਟ ਜੇ ਉਹ ਡਿਸਟੈਂਸ ਹੋ ਜਾਵੇ ਨਾ, ਫਿਰ ਉਹਨੂੰ ਹਸਬੈਂਡ ਦੇ ਨਾਲ ਆਈ ਥਿੰਕ ਸਾਰਾ ਜਿਹੜੀ ਚੀਜ਼ ਹੈਗੀ ਆ ਉਹਨੂੰ ਨੋਰਮਲਾਈਜ਼ ਕਰਨ ਲਈ ਸਹਾਇਤਾ ਮਿਲ ਜਾਏਗੀ। ਓਕੇ, ਠੀਕ, ਹਾਂਜੀ, ਕਿਉਂਕਿ ਜੇ ਉਹ ਇੱਕਦਮ ਠੰਡਰ ਹੋ ਜਾਵੇ ਔਰ ਉਹਦੇ ਨਾਲ ਆਪਣਾ ਕਨੈਕਸ਼ਨ ਜਿਹੜਾ ਕੱਟ ਕਰ ਲਵੇ ਨਾ, ਤੇ ਕੁਦਰਤੀ ਤੌਰ ਤੇ ਇਹ ਲੜਕਾ ਜਿਹੜਾ ਆ ਉਹਦੇ ਨਾਲ ਫਿਰ ਇਹਨੂੰ ਗੱਲ ਕਰਨੀ, ਇਹ ਫਿਰ ਉਹਨਾਂ ਆਰਾਮ ਨਾਲ ਗੱਲ ਕਰ ਸਕਦੇ ਆ, ਦੇਖ ਤੂੰ ਜੋ ਗਲਤੀ ਕਰ ਚੁੱਕਾ ਪਰ ਮੈਂ ਆਪਣੇ ਪਰਿਵਾਰ ਨੂੰ ਇਕੱਠਾ ਰੱਖਣਾ ਚਾਹੁੰਦੀ ਹਾਂ ਔਰ ਤੂੰ ਹੁਣ ਵੀ ਸੰਭਲ ਜਾ ਤਾਂ ਕਿ ਅਸੀਂ ਆਪਣਾ ਜਿਹੜਾ ਪਰਿਵਾਰ ਹੈਗਾ ਉਹਨੂੰ ਚੱਲਦਾ ਫੁਰਦ ਰੱਖੀਏ। ਬਾਕੀ ਫਿਰ ਐਂਡ ਵਿੱਚ ਤਾਂ ਜਿਵੇਂ ਵੀ ਅਗੇ ਨਾ ਸਭ ਨੇ ਕਿਹਾ, ਐਂਡ ਤਾਂ ਸਭ ਨੂੰ ਪਤਾ ਹੈ, ਅਗਰ ਨਹੀਂ ਇਹ ਚੀਜ਼ ਸਿਚੁਏਸ਼ਨ ਸੁਧਰ ਰਹੀ ਤਾਂ ਫਿਰ ਤੈਨ ਉਹਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਪੈਣਾ ਜੀ, ਤੇ ਉਹਨੂੰ ਇਹ ਆਪਣੇ ਆਪ ਨੂੰ ਸੰਭਾਲਣਾ ਪੈਣਾ ਪਹਿਲੇ ਸਭ ਤੋਂ, ਕਿਉਂਕਿ ਅਨਫੋਰਚੁਨੇਟ ਇੰਸੀਡੈਂਟਸ ਜਿਹੜੇ ਕਈ ਵਾਰ ਹੋ ਜਾਂਦੇ ਆ, ਰਾਈਟ, ਤੇ ਆਪਣੇ ਆਪ ਉਹਨੂੰ ਸ਼ੀ ਹੈਸ ਟੂ ਰੀਅਲੀ ਆਪਣੇ ਟੇਕ ਕੇਅਰ ਆਫ ਹਰ ਮੈਂਟਲ ਐਂਡ ਇਮੋਸ਼ਨਲ ਸਟੇਟ। ਥੈਂਕ ਯੂ ਸੋ ਮਚ ਸਤਵੰਜ ਜੀ, ਥੈਂਕ ਯੂ। ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਮੈਂ ਹੋਰ ਕਾਲਸ ਲਾਂ, ਜ਼ਰੂਰ ਤੁਸੀਂ ਸਾਨੂੰ ਲਿਖ ਸਕਦੇ ਹੋ ਅਤੇ ਮੈਂ ਜ਼ਰੂਰ ਉਹ ਮੈਸੇਜਸ ਕਨਵੇ ਕਰ ਦਾਂਗੀ ਕੁੜੀ ਨੂੰ, ਬਟ
ਕੰਕਲੂਡਿੰਗਲੀ ਆਈ ਥਿੰਕ ਕੋਈ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ 'ਚ ਵਾਹਿਗੁਰੂ ਨਾ ਕਰੇ ਕਿ ਹੋਏ, ਪਰ ਕੁਛ ਵੀ ਉਹਦੇ ਨੇੜੇ ਦੀ ਵੀ ਸਿਚੁਏਸ਼ਨ ਹੋਏ ਜਾਂ ਯੂ ਨੋ ਕੁਛ ਵੀ ਰਿਲੇਟ ਕਰ ਸਕਦੇ ਹੋ ਅਗਰ ਤੁਸੀਂ, ਤਾਂ ਸਾਰਿਆਂ ਵਾਸਤੇ ਇਹ ਜ਼ਰੂਰ ਹੈ ਕਿ ਉਸ ਵੇਲੇ, ਕਿਉਂਕਿ ਅਸੀਂ ਪੂਰਾ ਮੰਨਦੇ ਹਾਂ ਕਿ ਪ੍ਰੈਸ਼ਰ ਬਹੁਤ ਜ਼ਿਆਦਾ ਹੈ, ਇਮੋਸ਼ਨਲੀ ਬਹੁਤ ਕੁਛ ਐਟ ਸਟੇਕ ਹੈਗਾ ਹੈ ਇਸ ਸਿਚੁਏਸ਼ਨ 'ਚ, ਤੁਸੀਂ ਕੀ ਡਿਸਾਈਡ ਕਰਦੇ ਹੋ ਇਸ ਪਿੱਛੇ, ਟੂ ਬੀ ਕਾਮ ਤੁਸੀਂ ਜਿਹੜਾ ਮਰਜ਼ੀ ਤਰੀਕਾ ਵਰਤ ਸਕਦੇ ਹੋ, ਜਿਵੇਂ ਸਤਵਾਂਸ਼ੀ ਨੇ ਕਿਹਾ ਗੁਰਬਾਣੀ, ਮੈਡੀਟੇਸ਼ਨ, ਯੂ ਨੋ ਜੋ ਤੁਹਾਨੂੰ ਬੈਸਟ ਲੱਗਦਾ ਹੈ, ਟਾਈਮ ਲੈਣਾ, 3 ਡੇ ਟਾਈਮ ਵੀ ਰੂਲ ਇੱਕ ਹੈਗਾ ਕਿ 3 ਦਿਨ ਕੁਛ ਨਾ ਕਰੋ ਐਂਡ ਸਮਥਿੰਗ ਵਿਲ ਕਮ ਅਪ, ਯੂ ਨੋ ਸਲੀਪ ਓਵਰ ਇਟ, ਡਿਸਾਈਡ ਨੋਟ ਇਨ ਰਸ਼, ਇਹ ਤਾਂ ਪਹਿਲਾ ਪੁਆਇੰਟ ਹੈ ਹੀ, ਆਪਣੇ ਆਪ ਨੂੰ ਕਾਮ ਕਰਕੇ ਹੀ ਤੁਸੀਂ ਬੈਟਰ ਡਿਸਾਈਡ ਕਰ ਸਕੋਗੇ, ਐਂਡ ਦੈਨ ਆਪਣਾ ਗੋਲ ਜ਼ਰੂਰ ਸਾਹਮਣੇ ਰੱਖੋ, ਇਕਵਿਪ ਕਰੋ ਆਪਣੇ ਆਪ ਨੂੰ ਇਨਫੋਰਮੇਸ਼ਨ ਦੇ ਬਾਰੇ, ਬੀ ਰੈਡੀ, ਦੈਟ ਵਿਲ ਗਿਵ ਯੂ ਕੋਨਫੀਡੈਂਸ, ਕਿਉਂਕਿ ਇੱਕ ਹੋ ਗਿਆ ਕਿ ਮੈਂ ਗਈ, ਮੇਰਾ ਕੀ ਹੋਏਗਾ, ਇਹ ਵਾਲੀ ਥੋਟ ਤੋਂ ਨਿਕਲਣਾ ਪੈਣਾ, ਸਭ ਕੁਛ ਹੋਏਗਾ, ਉਹ ਅਕਾਲ ਪੁਰਖ ਹੈਗਾ, ਦੂਜਾ ਐਸੀ ਕੰਟਰੀ 'ਤੇ ਬੈਠੇ ਹਾਂ, ਬਹੁਤ ਤੁਹਾਡੇ ਰਾਈਟਸ ਹੈਗੇ ਹੈ, ਸੋ ਡਰ ਕੇ ਨਹੀਂ, ਪਰ ਯੂ ਨੋ ਜਿਸ ਤਰ੍ਹਾਂ ਸਟੈਪ ਬਾਏ ਸਟੈਪ ਸਭ ਨੇ ਕਿਹਾ ਕਿ ਸੈਲਫ ਪ੍ਰਿਜ਼ਰਵੇਸ਼ਨ, ਆਪਣਾ ਧਿਆਨ ਰੱਖ ਕੇ, ਆਪਣਾ ਖਿਆਲ ਰੱਖ ਕੇ, ਤੁਹਾਨੂੰ ਡੈਫੀਨੇਟਲੀ ਤੁਸੀਂ ਅਗਰ ਕੱਲ੍ਹ ਨੂੰ ਲਾਸਟ ਵਰਸਟ ਵਰਸਟ ਕੀ ਹੋਏਗਾ, ਯੂ ਵਿਲ ਬੀ ਆਲ ਬਾਈ ਯੋਰ ਸੈਲਫ, ਵਿਚ ਇਜ਼ ਗੁੱਡ, ਬਟ ਅਗਰ ਤੁਸੀਂ ਇਸ ਮੁਕਾਮ 'ਤੇ ਹੋ ਕਿ ਰੈਕਟੀਫਾਈ ਹੋ ਸਕਦੀ ਹੈ ਗੱਲ, ਅਤੇ ਜਿਸ ਤਰ੍ਹਾਂ ਸਭ ਨੇ ਕਿਹਾ, ਡਿਪੈਂਡਿੰਗ ਔਨ ਤੁਹਾਡਾ ਰਿਲੇਸ਼ਨਸ਼ਿਪ ਕਿਸ ਤਰ੍ਹਾਂ ਹੈ, ਜਾਂ ਉਸ ਕੁੜੀ ਨੂੰ ਜਾਂ ਹਸਬੈਂਡ ਨਾਲ ਸ਼ੇਅਰ ਕਰਕੇ ਗੱਲ ਤੁਸੀਂ ਅੱਗੇ ਵੱਧ ਸਕਦੇ ਹੋ, ਡੈਫੀਨੇਟਲੀ ਇੱਕ ਵਾਰਨਿੰਗ ਦੇ ਕੇ, ਸ਼ਾਇਦ ਬੜੀ ਵਾਰੀ ਦੇਖਿਆ ਗਿਆ ਕਿ ਆਪਣੇ ਆਪ ਹੀ ਇਹ ਚੀਜ਼ ਸੋਲਵ ਹੋ ਜਾਂਦੀ ਹੈ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।